ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋਂਦਾ ਪੰਜਾਬ ਲਾਈਵ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਸਿਮਰਨ ਦੇ ਲਈ ਮਾਲਾ ਜ਼ਰੂਰੀ ਹੈ ਜਾਂ ਬਿਨਾਂ ਮਾਲਾ ਦੇ ਸਿਮਰਨ ਕਰਨਾ ਵਾਜਬ ਹੈ ਲਾਹੇਵੰਦ ਹੈ ਇੱਕ ਸੰਤ ਜੀ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ ਕਿ ਜੇ ਮਾਲਾ ਨਿਰਾ ਦਿਖਾਵਾ ਹੈ ਤਾਂ ਉਹ ਸਿਮਰਨ ਦਾ ਹਿੱਸਾ ਨਹੀਂ ਮਾਲਾ ਗਲੇ ਵਿੱਚ ਪਾ ਲਈ ਹੱਥ ਵਿੱਚ ਫੜ ਲਈ ਜਾਂ ਬਾਹ ਵਿੱਚ ਲਮਕਾ ਲਈ ਇਹ ਦਿਖਾਵੇ ਦਾ ਹਿੱਸਾ ਹੈ ਛੋਟੀ ਮਾਲਾ ਲੈ ਕੇ ਜਾਂ ਸਿਮਰਨਾਂ ਲੈ ਕੇ ਹੱਥ ਵਿੱਚ ਫੜ ਕੇ ਬਾਜ਼ਾਰ ਵਿੱਚ ਘੁੰਮਦਿਆਂ ਸਿਮਰਨ ਨਹੀਂ ਕੀਤਾ ਜਾ ਸਕਦਾ ਉਹ ਦਿਖਾਵਾ ਕੀਤਾ ਜਾ ਸਕਦਾ ਹੈ ਸੰਤ ਜੀ ਨੇ ਅੱਗੇ ਲਿਖਿਆ ਕਿ ਬਾਜ਼ਾਰ ਵਿੱਚ ਰਹਿੰਦਿਆਂ ਵੀ ਸਿਮਰਨ ਕੀਤਾ ਜਾ ਸਕਦਾ ਹੈ ਪਰ ਉਸ ਦੇ ਹੋਰ ਕਈ ਤਰੀਕੇ ਨੇ ਹੋਰ ਕਈ ਵਿਧੀਆਂ ਨੇ ਸੋ ਮਾਲਾ ਰਾਹੀਂ ਸਿਮਰਨ ਕਰਨਾ ਬਾਜ਼ਾਰ ਦੇ ਵਿੱਚ ਚੱਲਦਿਆਂ ਫਿਰਦਿਆਂ ਇਹ ਨਿਰਾ ਦਿਖਾਵਾ ਹੈ ਉਹਨਾਂ ਨੇ ਆਪਦੀ ਕਿਤਾਬ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਦਾ ਇਸਤੇਮਾਲ ਕਰਦਿਆਂ ਹੋਇਆਂ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਤਗੁਰੂ ਜੀ ਨੇ ਪਵਿੱਤਰ ਫਰਮਾਨ ਦਿੱਤਾ ਹੈ ਕਿ ਮਾਥੇ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ ਗੁਰਬਾਣੀ ਦੀਆਂ ਇਹਨਾਂ ਪਾਵਨ ਤੁਕਾਂ ਦੇ ਤਾਂ ਇਹੀ ਅਰਥ ਨਿਕਲਦੇ ਨੇ ਕਿ ਮੱਥੇ ਦੇ ਵਿੱਚ ਤਿਲਕ ਲਾ ਕੇ ਹੱਥ ਦੇ ਵਿੱਚ ਮਾਲਾ ਫੜ ਕੇ ਲੋਕਾਂ ਨੇ ਰਾਮ ਨੂੰ ਪ੍ਰਭੂ ਨੂੰ ਪ੍ਰਮਾਤਮਾ ਨੂੰ ਖਡਾਉਣਾ ਸਮਝ ਲਿਆ ਏ ਯਾਨੀ ਕਿ ਇਸ ਤਰੀਕੇ ਨਾਲ ਕਰਦੇ ਨੇ ਵਿਖਾਵਾ ਕਰਦੇ ਨੇ ਮਾਲਾ ਜੇ ਵਿਖਾਵੇ ਦਾ ਅੰਗ ਨਹੀਂ ਸਗੋਂ ਸਹੀ ਪ੍ਰਥਾ ਵਿੱਚ ਸਿਮਰਨ ਲਈ ਵਰਤੀ ਗਈ ਹੈ ਤਾਂ ਉਸ ਦੀ ਵਰਤੋਂ ਸ਼ੁਭ ਹੈ ਗੁਰਬਾਣੀ ਵਿੱਚ ਭੇਖ ਦੀ ਨਖਿੱਦੀ ਕੀਤੀ ਗਈ ਹੈ ਸੱਚ ਦੀ ਨਖਿੱਦੀ ਨਹੀਂ ਕੀਤੀ ਗਈ ਕਈ ਮਾਲਾ ਦੀ ਵਰਤੋਂ ਗਿੰਤੀਆਂ ਬਿੰਤੀਆਂ ਲਈ ਕਰਦੇ ਹਨ 50 ਮਾਲਾ ਫੇਰ ਲਈਆਂ 100 ਮਾਲਾ ਫੇਰ ਲਈਆਂ ਇਹ ਵੀ ਇੱਕ ਕੋਰਾ ਦਿਖਾਵਾ ਹੈ ਜਾਂ ਕਹਿ ਲਈਏ ਕਿ ਆਪਣੇ ਮਨ ਨੂੰ ਤਸੱਲੀ ਹੈ ਕਿ ਜੀ ਮੈਂ ਇੰਨੀਆਂ ਮਾਲਾ ਫੇਰ ਲੀਆਂ ਮੈਂ ਇਨਾ ਇੰਨੇ ਵਾਰੀ ਪ੍ਰਭੂ ਦਾ ਨਾਮ ਜਪ ਲਿਆ ਇਹ ਸ਼ਾਇਦ ਵਿਧੀ ਉਦੋਂ ਸਹੀ ਸੀ ਜਦੋਂ ਸਾਡੇ ਕੋਲੇ ਸਮਾਂ মাপਣ ਦਾ ਤਰੀਕਾ ਨਹੀਂ ਸੀ ਸਾਡੇ ਕੋਲੇ ਘੜੀਆਂ ਨਹੀਂ ਸੀ ਪਰ ਅੱਜ ਕੱਲ ਤੇ ਘੜੀਆਂ ਟਾਈਮ ਪੀਸ ਮੋਬਾਈਲ ਹਰੇਕ ਦੇ ਕੋਲੇ ਨੇ ਸਮਾਂ মাপਣ ਦੇ ਲਈ ਕਿਸੇ ਨੂੰ ਮਾਲਾ ਦੀ ਜ਼ਰੂਰਤ ਨਹੀਂ ਪੈਂਦੀ ਬਜਾਏ ਇਹ ਕਹਿਣ ਦੇ ਕਿ 100 ਮਾਲਾ ਫੇਰੀਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਧਾ ਘੰਟਾ ਸਿਮਰਨ ਕੀਤਾ ਇਸ ਕੰਮ ਦੇ ਲਈ ਮਾਲਾ ਦਾ ਉਪਯੋਗ ਅੱਜ ਦੇ ਸਮੇਂ ਦੇ ਵਿੱਚ ਠੀਕ ਨਹੀਂ ਲੱਗਦਾ ਕਈ ਮਾਲਾ ਇਸ ਲਈ ਫੜੀ ਰੱਖਦੇ ਨੇ ਕਿ ਕਿਉਂਕਿ ਇਸ ਤਰ੍ਹਾਂ ਹੀ ਉਹਨਾਂ ਨੂੰ ਰੱਬ ਦੀ ਯਾਦ ਆਉਂਦੀ ਰਹਿੰਦੀ ਹੈ ਪਰ ਇਸ ਕੰਮ ਲਈ ਸਿੱਖ ਦੇ ਕੋਲ ਕੜਾ ਹੈ ਕੇਸ ਹਨ ਕਿਰਪਾਨ ਸੋ ਇਸ ਰੂਪ ਵੈਗਰੂ ਦੀ ਯਾਦ ਰੱਖਣ ਲਈ ਕਾਫੀ ਨਹੀਂ ਤਾਂ ਮਾਲਾ ਕਿਦਾਂ ਯਾਦ ਦਵਾਵੇਗੀ ਜਾਂ ਤਾਂ ਮੰਨਣਾ ਹੈ ਜੇ ਮਨ ਕੇਸ ਦਾੜੀ ਤੋਂ ਰੱਬ ਨੂੰ ਯਾਦ ਨਹੀਂ ਕਰ ਸਕਦਾ ਤਾਂ ਮਾਲਾ ਰਹੀਂ ਵੀ ਯਾਦ ਨਹੀਂ ਕਰ ਸਕਦਾ ਫਿਰ ਮਾਲਾ ਹਰ ਵੇਲੇ ਸਾਡੇ ਕੋਲ ਨਹੀਂ ਹੋ ਸਕਦੀ ਕੇਸ ਤਾਂ ਸਾਡੇ ਅੰਗ ਸੰਗਨ ਕੇਸ ਤਾਂ ਕਰਤੇ ਦੀ ਕਿਰਤ ਹੈ ਮਾਲਾ ਤੇ ਸਾਡੀ ਹੀ ਕਿਰਤ ਹੈ ਨਾ ਆਪਾਂ ਆਪਣੇ ਕੋਲੋਂ ਕਢੀ ਹੋਈ ਹੈ ਜੇ ਕਿਰਤ ਰਹੀਂ ਉਸ ਦਾ ਕਰਤਾ ਯਾਦ ਨਹੀਂ ਆਉਂਦਾ ਤਾਂ ਸਾਡੀ ਕਿਰਤ ਰਹੀ ਜਾਨੀ ਕਿ ਮਾਲਾ ਰਹੀ ਰੱਬ ਕਿਵੇਂ ਯਾਦ ਆ ਸਕਦਾ ਹੈ ਲੋੜ ਹੈ ਮਨ ਨੂੰ ਸਿਖਾਉਣ ਦੀ ਇਸ ਬਾਹਰਲੇ ਸਾਰੇ ਦੀ ਲੋੜ ਨਹੀਂ Hindu ਧਰਮ ਦੇ ਵਿੱਚ ਪ੍ਰਾਣਾਯਾਮ ਲਈ ਸਿਮਰਨ ਕਰਨ ਦੇ ਲਈ ਮਾਲਾ ਦੀ ਲੋੜ ਹੁੰਦੀ ਹੈ ਪ੍ਰਾਣਾਯਾਮ ਜਾਨੀ ਕਿ ਆਸਣ ਜਾਂ ਯੋਗਾਸਣ ਕਹਿ ਲਓ ਕਿਉਂਕਿ ਉਹਦੇ ਵਿੱਚ ਸਾਹ ਦੀ ਗਿਣਤੀ ਕਰਨੀ ਪੈਂਦੀ ਹੈ ਮਸਲਨ ਇੱਕ ਵਿਧੀ ਵਿੱਚ ਸਾਹ ਅੰਦਰ ਲੈਂਦਿਆਂ ਦੋ ਵਾਰੀ ਓਮ ਕਹਿਣਾ ਪੈਂਦਾ ਹੈ ਤੇ ਸਾਹ ਰੋਕ ਕੇ ਦੋ ਵਾਰੀ ਓਮ ਕਹਿਣਾ ਹੁੰਦਾ ਹੈ ਤੇ ਸਾਹ ਬਾਹਰ ਕੱਢਦਿਆਂ ਸ਼ਾਇਦ 4-5 ਵਾਰੀ ਓਮ ਕਹਿਣਾ ਹੁੰਦਾ ਹੈ ਜਬਾਨੀ ਗਿਣਤੀ ਕਰਦੇ ਆ ਉਸ ਵਿੱਚ ਗਲਤੀ ਵੀ ਹੋ ਸਕਦੀ ਹੈ ਤੇ ਧਿਆਨ ਵੀ ਵਿੰਡਿਆ ਜਾਂਦਾ ਇਸ ਲਈ ਜਿਹੜੀ ਯੋਗ ਆਸਨ ਦੇ ਨਾਲ ਜਾਂ ਪੁਰਾਣਾ ਯਾਮ ਦੇ ਨਾਲ ਸਿਮਰਨ ਕਰਨ ਦੀ ਵਿਧੀ ਹੈ ਉਹਦੇ ਵਿੱਚ ਮਾਲਾ ਦੀ ਲੋੜ ਹੁੰਦੀ ਹੈ ਪਰ ਇਹ Hindu ਧਰਮ ਦਾ ਹਿੱਸਾ ਹੈ ਗੁਰਸਿੱਖ ਨੂੰ ਸਿਮਰਨ ਦੇ ਲਈ ਇਸ ਵਿਧੀ ਦੀ ਲੋੜ ਨਹੀਂ ਹੁੰਦੀ ਉਸ ਨੂੰ ਸਿਮਰਨ ਕਰਦੇ ਵੇਲੇ ਮਾਲਾ ਦੀ ਲੋੜ ਨਹੀਂ ਪੈਂਦੀ ਸਭ ਤੋਂ ਮੁੱਖ ਗੱਲ ਇਹ ਹੈ ਕਿ ਮਾਲਾ ਸਿਰਫ ਸਿਮਰਨ ਦੀਆਂ ਮੁੱਢਲੀਆਂ ਸਟੇਜਾਂ ਵਿੱਚ ਸਹਾਇ ਹੋ ਸਕਦੀ ਹੈ ਜਾਨੀ ਕਿ ਜਦੋਂ ਬਹੁਤ ਆਪਾਂ ਅਲੜ ਹੋਈਏ ਜਾਂ ਅੱਜ ਸ਼ੁਰੂ ਕੀਤਾ ਹੋਵੇ ਸਿਮਰਨ ਪਰ ਅੱਗੇ ਜਾ ਕੇ ਸਿਮਰਨ ਮਨ ਰਾਈ ਕਰਨਾ ਪੈਂਦਾ ਹੈ ਉਦੋਂ ਬੋਲਣ ਤੇ ਗਿਨਣ ਦੀ ਸੁੰਧਿਆ ਨਹੀਂ ਹੁੰਦੀ ਸਿਮਰਨ ਸਵਾਸ ਸਵਾਸ ਨਾਲ ਕਰਨਾ ਹੁੰਦਾ ਹੈ ਬਿਨਾ ਬੋਲਿਆ ਕਰਨਾ ਹੁੰਦਾ ਹੈ ਇਸ ਸਿਮਰਨ ਵਿੱਚ ਕਿਸੇ ਗਿਆਨ ਇੰਦਰੀ ਦੀ ਵਰਤੋਂ ਨਹੀਂ ਕਰਦੇ ਇਹ ਸੰਤ ਜੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਸਿਮਰਨ ਸਿਰਫ ਮਨ ਰਾਈ ਹੁੰਦਾ ਹੈ ਵਾਹਿਗੁਰੂ ਦਾ ਇੱਕਮਕਾਰ ਮਨ ਰਾਈ ਕਿਹਾ ਜਾਂਦਾ ਹੈ ਅਸੀਂ ਅਕਸਰ ਸੁਣਦੇ ਹਾਂ ਕਈ ਵਾਰ ਸੰਤ ਮਸਕੀਨ ਜੀ ਦੀ ਵੀ ਗੱਲਬਾਤ ਸੁਣਦੇ ਹਾਂ ਜਾਂ ਕਿੰਨੇ ਵੀ ਆਪਣੇ ਅੱਜ ਦੇ ਪ੍ਰਮੁੱਖ ਪ੍ਰਚਾਰਕ ਨੇ ਉਹਨਾਂ ਨੇ ਹਰੇਕ ਥਾਂ ਤੇ ਕਿਹਾ ਹੈ ਵਾਰੀ ਵਾਰ ਇਹ ਗੱਲ ਸਮਝਾਈ ਹੈ ਕਿ ਜਦੋਂ ਮਨੁੱਖ ਪਰਪੱਕ ਹੋ ਜਾਂਦਾ ਹੈ ਪੱਕਾ ਹੋ ਜਾਂਦਾ ਹੈ ਰੋਜ਼ ਦਾ ਅਭਿਆਸੀ ਹੋ ਜਾਂਦਾ ਉਹ ਤੋਂ ਗਿਆਨ ਇੰਦਰੀਆਂ ਦੀ ਵਰਤੋਂ ਨਹੀਂ ਕਰਦਾ ਸਿਮਰਨ ਸਿਰਫ ਮਨ ਰਾਈ ਕਰਨ ਲੱਗ ਪੈਂਦਾ ਉਸੰਤ ਜੀ ਆਪਣੀ ਕਿਤਾਬ ਦੇ ਵਿੱਚ ਅੱਗੇ ਲਿਖਦੇ ਨੇ ਕਿ ਹੋਰ ਅਗਲੀ ਸਟੇਜ ਤੇ ਜਾ ਕੇ ਮਨ ਦਾ ਸਿਮਰਨ ਵੀ ਛੱਡਣਾ ਪੈਂਦਾ ਕਿਉਂਕਿ ਸਾਨੂੰ ਆਪਣੇ ਅੰਦਰੋਂ ਕੁਦਰਤ ਵੱਲੋਂ ਹੋ ਰਿਹਾ ਅਨਹਦ ਨਾਦ ਮਹਿਸੂਸ ਹੁੰਦਾ ਹੈ ਇਸ ਹਾਲਾਤ ਵਿੱਚ ਅਸੀਂ ਆਪਣਾ ਸਿਮਰਣਾ ਬੰਦ ਕਰ ਦਿੰਦੇ ਹਾਂ ਤੇ ਆਪਣੇ ਅਸਤਿਤਵ ਦਾ ਸਿਮਰਣਾ ਸੁਣਦੇ ਹਾਂ ਕਈ ਸੰਤਾਂਪੁਰਸ਼ੇ ਤੇ ਵੀ ਕਹਿੰਦੇ ਨੇ ਕਿ ਏਕ ਓਕਾਰ ਦਾ ਸਿਮਰਨ ਸਵਾਸਾਂ ਲਈ ਕਰਨ ਲਈ ਕਹਿੰਦੇ ਨੇ ਸਾਹ ਅੰਦਰ ਜਾਵੇ ਤਾਂ ਏਕ ਓਕਾਰ ਏਕ ਓਕਾਰ ਸਾਹ ਬਾਹਰ ਆਵੇ ਤਾਂ ਏਕ ਓਕਾਰ ਏਕ ਓਕਾਰ ਸਾਹ ਦੇ ਅੰਦਰ ਬਾਹਰ ਜਾਣ ਦੀ ਮਾਲਾ ਤਾਂ ਰੱਬ ਉਹਨੇ ਚੱਲ ਰਹੀ ਹੁੰਦੀ ਹੈ ਤਾਂ ਉੱਥੇ ਮਾਲਾ ਦੀ ਕੀ ਲੋੜ ਹੈ ਉੱਥੇ ਮਾਲਾ ਨਾਲ ਸਿਮਰਨ ਕਰਨ ਦਾ ਕੋਈ ਪੁਆਇੰਟ ਹੀ ਨਹੀਂ ਦਿੰਦਾ ਆਪਣੇ ਸਿਮਰਨ ਨੂੰ ਸਵਾਸ ਚੱਕਰ ਨਾਲ ਜਿਉਂਦੀ ਜਾਗਦੀ ਮਾਲਾ ਦਾ ਚੱਕਰ ਸਾਡੇ ਅੰਦਰ ਰੱਬ ਨੇ ਪਾਇਆ ਹੋਇਆ ਫਿਰ ਲੱਕੜ ਪੱਥਰ ਦੀ ਮਨੁੱਖ ਕਿਰਤ ਮਾਲਾ ਦਾ ਸਹਾਰਾ ਕਿਉਂ ਲੈਣਾ ਉਹ ਮਾਲਾ ਵਰਤੂ ਜਿਸ ਨੂੰ ਜਿਸ ਨੂੰ ਲੈ ਕੇ ਅਸੀਂ ਜੰਮੇ ਹ ਜਿਹੜੀ ਹਰ ਵੇਲੇ ਦਿਨ ਰਾਤ ਸਾਡੇ ਨਾਲ ਚੱਲਦੀ ਹੈ ਜਿਸ ਦਾ ਟੁੱਟ ਚੱਕਰ ਫਿਰਦਾ ਹੀ ਰਹਿੰਦਾ ਹੈ ਅਖੀਰਲੀ ਸਵਾਸ ਤੱਕ ਫਿਰਦਾ ਹੀ ਰਹੇਗਾ ਇਸ ਮਾੜਾਂ ਰਹੀ ਸਿਮਰਨ ਹੀ ਸਾਨੂੰ ਦੁੱਖ ਤੋਂ ਬਚਾ ਸਕਦਾ ਹੈ ਹਰ ਪਲ ਆਨੰਦ ਪ੍ਰਦਾਨ ਕਰੇਗਾ ਆਪਣੇ ਅੰਦਰਲਾ ਅਨਹਦ ਨਾਦ ਮਹਿਸੂਸ ਕਰਵਾਵੇਗਾ ਸਤਗੁਰੂ ਜੀ ਦਾ ਪਵਿੱਤਰ ਫਰਮਾਨ ਹੈ ਆਨੰਦ ਕਰੇ ਸਾਸ-ਸਾਸ ਸੁਮਾਰੇ ਨਾ ਪੂਰੇ ਅਗਨਾਰੇ ਸੋ ਇਹਨਾਂ ਗੱਲਾਂ ਬਾਤਾਂ ਤੋਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਾਲਾ ਦੀ ਜ਼ਰੂਰਤ ਨਹੀਂ ਜਦੋਂ ਆਪਾਂ ਸਿਮਰਨ ਕਰਨਾ ਹੈ ਜਦੋਂ ਸੱਚੇ ਮਨੋਂ ਸਿਮਰਨ ਕਰਨਾ ਹੈ ਘਟੂ ਘਟ ਉਹਨੂੰ ਮਾਲਾ ਦੀ ਬਿਲਕੁਲ ਜ਼ਰੂਰਤ ਨਹੀਂ ਜੇ ਜਗ ਨੂੰ ਦਿਖਾਵਾ ਕਰਕੇ ਦਿਖਾਉਣਾ ਹੈ ਜਾਂ ਲੋਕਾਂ ਦੇ ਵਿੱਚ ਪਰਮ ਬਿਠਾਉਣਾ ਹੈ ਕਿ ਮੈਂ ਬੜਾ ਪਰਮਾਤਮਾ ਦੇ ਨਾਲ ਪ੍ਰਿਆਰ ਕਰਨ ਵਾਲਾ ਹਾਂ ਬੜਾ ਵੈਗਰੂ ਦਾ ਸਨੇਹ ਕਰਨ ਵਾਲਾ ਹਾਂ ਫਿਰ ਜੋ ਮਰਜ਼ੀ ਕਰੀ ਜਾਓ ਪਰ ਸਤਗੁਰੂ ਜੀ ਨੇ ਵੀ ਆਪਾਂ ਨੂੰ ਵਰਜਿਆ ਹੈ ਢੱਕਿਆ ਹੈ ਇਸ ਚੀਜ਼ ਤੋਂ ਪਾਸੇ ਕੀਤਾ ਹੈ ਕਿ ਦਿਖਾਵਾ ਨਹੀਂ ਕਰਨਾ ਦਖਾਵੇ ਦੀ ਸਤਗੁਰ ਜੀ ਨੇ ਜਾਂ ਕਹਿ ਲਿਆ ਕਿ ਗੁਰਮਤ ਦੇ ਅਨਸਾਰ ਨਖੀਦੀ ਕੀਤੀ ਗਈ ਹੈ ਥਾਂ ਥਾਂ ਤੇ ਜਦੋਂ ਆਪਣੇ ਕੋਲ ਸਾਹਾ ਦੀ ਮਾਲਾ ਹੈ ਫਿਰ ਆਪਾਂ ਦਿਖਾਵੇ ਦੀ ਮਾਲਾ ਦੀ ਇਸਤੇਮਾਲ ਕਿਉਂ ਕਰਨਾ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਅਸੀਂ ਇੱਕ ਸੰਤ ਮਹਾਂਪੁਰਸ਼ ਦੀ ਕਿਤਾਬ ਲਈ ਹੈ ਜਿਸ ਨੇ ਆਪਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਫਰਮਾਨਾਂ ਦੇ ਨਾਲ ਬਹੁਤ ਵਧੀਆ ਐਗਜ਼ਾਮਪਲਾਂ ਦੇ ਨਾਲ ਸਮਝਾਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਪਾਂ ਸਾਰੇ ਇਸ ਚੀਜ਼ ਤੋਂ ਕੁਝ ਨਾ ਕੁਝ ਸਿੱਖਾਂਗੇ ਤੇ ਜਿੰਨੇ ਵੀ ਸਤਗੁਰ ਦਾ ਨਾਮ ਸੁਣਨ ਵਾਲੇ ਨੇ ਜਾਂ ਸਤਗੁਰ ਜੀ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਦੇ ਨਾਲ ਆਪਾਂ ਜਿਹੜੀ ਵੀ ਕੰਮ ਦੀ ਜਾਣਕਾਰੀ ਹੈ ਜਿਹੜੀ ਵੀ ਚੰਗੀ ਇਨਫੋਰਮੇਸ਼ਨ ਆ ਉਹ ਸਾਂਝੀ ਕਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ